ਉੱਥੇ ਜਿਹੜੀ ਫਿਲਮੀ ਅਦਾਕਾਰ ਆ ਕੰਗਣਾ ਵਾ ਉਹ ਬਾਰ ਬਾਰ ਕਹੀ ਕਹਿੰਦੀ ਹੈ ਵੀ ਜਿਹੜੀ ਸਾਡੀਆਂ ਮਾਤਾ ਵਾ ਭੈਣਾਂ ਜਿਹੜੀਆਂ ਪਛਾਦੇ ਬਣਾਉਂਦੀਆਂ ਨੇ ਕਦੀ ਉਹਨੂੰ ਕਿਹਾ ਜਾਂਦਾ ਵੀ 100-100 ਰੁਪਏ ਦਿਹਾੜੀ 'ਚ ਲੈ ਕੇ ਆਏ ਆ ਕਦੀ ਅੱਤਵਾਦੀ ਕਹਿੰਦੀ ਉਹਨਾਂ ਨੂੰ ਕਿਹਾ ਜਾਊਗੀ ਉਹ ਤਾਂ ਪਾਗਲ ਆ ਉਸ ਤੇ ਉਹ ਆਪਾਂ ਕੀ ਕਹਿ ਸਕਦੇ ਆ ਉਹ ਤਾਂ ਸਾਡੇ ਭਰਾ ਜਿਹੜੇ ਆ ਜੇ ਨਸ਼ੇੜੀ ਹੁੰਦੇ ਤੇ ਉਹ ਘਰਾਂ 'ਚ ਡਿੱਗੇ ਹੁੰਦੇ ਉਹ ਹੁਣ ਜਾ ਕੇ ਦਿੱਲੀ 'ਚ ਜਾ ਕੇ ਡਟੇ ਹੋਏ ਨੇ ਦਿੱਲੀ ਦੀ ਹਿੱਕ ਤੇ ਬੈਠੇ ਹੋਏ ਨੇ ਹਰਿਆਣੇ ਸਰਕਾਰ ਨੇ ਵੀ ਬਹੁਤ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਰੋਕਣ ਲਈ ਪਰ ਇਹ ਨਹੀਂ ਰੁਕੇ ਮੋਦੀ ਸਰਕਾਰ ਆਪਣੇ ਅੜੀਅਲ ਵਤੀਰੇ 'ਤੇ ਅੜੀ ਹੋਈ ਆ ਅਤੇ ਕੋਈ ਗੱਲ ਨਹੀਂ ਸਾਡੇ ਕਿਸਾਨ ਭਰਾ ਵੀ ਦਿੱਲੀ ਜਾ ਕੇ ਬੈਠੇ ਹੋਏ ਨੇ ਜੀ ਇਹ ਖਾਲਸਾ ਏਡ ਆਪਣੀ ਜਿਹੜੀ ਹੈ ਸਾਰੇ ਥਾਵਾਂ 'ਤੇ ਜਿੱਥੇ ਵੀ ਕੋਈ ਵੀ ਮੁਸ਼ਕਿਲ ਆਉਂਦੀ ਉੱਥੇ ਪਹੁੰਚਦੀ ਹੈ ਲੰਗਰ ਲੈ ਕੇ ਅਤੇ ਉਦੋਂ ਨਹੀਂ ਇਹਨਾਂ ਨੂੰ ਅੱਤਵਾਦੀ ਲੱਗਦੇ ਅਤੇ ਹੁਣ ਜਦੋਂ ਕਿਸਾਨਾਂ ਦੇ ਸੰਘਰਸ਼ 'ਚ ਡਏ ਨੇ ਅਤੇ ਇਹਨਾਂ ਨੂੰ ਅੱਤਵਾਦੀ ਲੱਗ ਰਹੇ ਨੇ ਤੁਸੀਂ ਆਪ ਹਿਸਾਬ ਲਓ ਲੋਕਡਾਊਨ ਜਦੋਂ ਹੋਇਆ ਸੀ ਕੋਈ ਵੀ ਹੋਰ ਕਿਸੇ ਸਾਈਡ ਨਹੀਂ ਭੱਜਿਆ ਸਭ ਤੋਂ ਪਹਿਲਾਂ ਸਾਰੇ ਅਨਾਜ ਇਕੱਠਾ ਕੀਤਾ ਸੀ ਅਨਾਜ ਕਿਉਂ ਕੀਤਾ ਸੀ ਕਿੱਥੋਂ ਆਉਂਦਾ ਅਨਾਜ ਕਿਸਾਨ ਪੈਦਾ ਕਰਕੇ ਦਿੰਦਾ ਜੇ ਕੱਲ੍ਹ ਨੂੰ ਕਿਸਾਨ ਹੀ ਰਹੂਗਾ ਤਾਂ ਅਨਾਜ ਕਿੱਥੋਂ ਆਏਗਾ ਇਹ ਤਾਂ ਕੋਈ ਚੱਕਰ ਨਹੀਂ ਇਹ ਤਾਂ ਮਟਾਉਣਾ ਚਾਹੁੰਦੇ ਨੇ ਜੋ ਅਸੀਂ ਗਿਣਤੀ ਦੇ ਉਦੋਂ ਨਹੀਂ ਮੁੱਕੇ ਹੁਣ ਮੁਕਾ ਲੈਣਗੇ ਹੁਣ ਤਾਂ ਗਿਣਤੀ ਕੋਈ ਨਹੀਂ ਹੈਗੀ ਸਾਡੀ ਹੁਣ ਨਹੀਂ ਮੁਕਾ ਸਕਦੇ ਜਿੰਨੇ ਮਰਜ਼ੀ ਜ਼ੋਰ ਲਾ ਲਏ ਸਾਡਾ ਵੱਲੋਂ ਜਿੱਥੇ ਦਿੱਲੀ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕਾਲੇ ਕਾਨੂੰਨ ਬਿਨਾਂ ਲੈ ਕੇ ਉੱਥੇ ਅੰਮ੍ਰਿਤਸਰ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਨੌਜਵਾਨਾਂ ਵੱਲੋਂ ਜਿਹੜਾ ਵਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਅਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਲਗਾਤਾਰ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਨੌਜਵਾਨ ਵੱਡੀ ਤਾਦਾਦ ਵਿੱਚ ਜਿਹੜੇ ਨੇ ਨਾਅਰੇ ਲਗਾ ਰਹੇ ਨੇ ਅਤੇ ਮੋਦੀ ਸਰਕਾਰ ਦੇ ਖਿਲਾਫ਼ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਗੱਲਬਾਤ ਕਰਨ ਨੇ ਨੌਜਵਾਨ ਸਾਡੇ ਨਾਲ ਨੇ ਕੀ ਕਹਿਣਾ ਚਾਹੋਗੇ ਆ ਜਿਹੜਾ ਤਰਨਸਰ ਕੀਤਾ ਜਾ ਰਿਹਾ ਹੈ ਇਹ ਇੱਥੇ ਕਿਸਾਨਾਂ ਦੀ ਸਪੋਰਟ 'ਚ ਆਏ ਆ ਜਿਹੜੇ ਆ ਤਿੰਨ ਕਾਲੇ ਕਾਨੂੰਨ ਅਸੀਂ ਰੱਦ ਕਰਾ ਕੇ ਹਟਾਂਗੇ ਅਤੇ ਕਈ ਸਾਡੇ ਭਰਾ ਦਿੱਲੀ ਜਾ ਕੇ ਵੀ ਬੈਠੇ ਨੇ ਕਾਨੂੰਨ ਰੱਦ ਕਰਾਉਣ ਲਈ ਅਤੇ ਅਸੀਂ ਇਹ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਮੁੜਾਂਗੇ ਕੀ ਕਹਿਣਾ ਚਾਹੋਗੇ ਇੰਨਾ ਲੰਬਾ ਸੰਘਰਸ਼ ਹੋਣ ਦਿਆ ਹਜੇ ਤੱਕ ਜਿਹੜੇ ਆ ਨਾ ਕਿ ਮੋਦੀ ਸਰਕਾਰ ਜਿਹੜੀ ਟੈਸਟ ਮਸ ਹੋਈ ਆ ਕਹਿੰਦੇ ਬਿੱਲ ਰੱਦ ਨਹੀਂ ਕੀਤੇ ਜਾਣਗੇ ਸੋ ਕੀਤੀ ਜਾਊਗੀ ਤੁਹਾਡਾ ਜਿਹਾ ਬਾਰੇ ਮੋਦੀ ਸਰਕਾਰ ਆਪਣੇ ਅੜੀਅਲ ਵਤੀਰੇ 'ਤੇ ਅੜੀ ਹੋਈ ਆ ਅਤੇ ਕੋਈ ਗੱਲ ਨਹੀਂ ਸਾਡੇ ਕਿਸਾਨ ਭਰਾ ਵੀ ਦਿੱਲੀ ਜਾ ਕੇ ਬੈਠੇ ਹੋਏ ਨੇ ਅਤੇ ਉਹ ਉੱਥੇ ਡਟੇ ਰਹਿਣਗੇ ਜਿੰਨਾ ਚਿਰ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਜਿੱਥੇ ਅੰਮ੍ਰਿਤਸਰ 'ਚ ਅਸੀਂ ਇੱਥੇ ਨਾਵਟੀ ਚੌਂਕ 'ਚ ਅੰਮ੍ਰਿਤਸਰ 'ਚ ਪ੍ਰੋਟੈਸਟ ਕਰ ਰਹੇ ਹਾਂ ਆਪਣੇ ਨੌਜਵਾਨ ਭਰਾਵਾਂ ਨਾਲ ਅਤੇ ਅਸੀਂ ਇੱਥੇ ਡਟੇ ਰਹਾਂਗੇ ਉਨੇ ਦਿਨ ਤੱਕ ਜਿੰਨੇ ਦਿਨ ਤੱਕ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਕੀ ਕਹਿਣਾ ਚਾਹੋਗੇ ਜਿਹੜੇ ਲੋਕਾਂ ਨੂੰ ਪੰਜਾਬ ਦੇ ਨੌਜਵਾਨ ਨਸ਼ੇੜੀ ਕਹਿ ਦਿੰਦੇ ਵਾ ਕਹਿੰਦੇ ਵੀ ਨਸ਼ੇੜੀ ਦਾ ਨਸ਼ਾ ਕਰਦੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜੀ ਸਾਨੂੰ ਤਾਂ ਨਹੀਂ ਕੋਈ ਵੀ ਲੱਗਦਾ ਨਸ਼ੇੜੀ ਅਤੇ ਸਾਡੇ ਭਰਾ ਜਿਹੜੇ ਆ ਜੇ ਨਸ਼ੇੜੀ ਹੁੰਦੇ ਤੇ ਉਹ ਘਰਾਂ 'ਚ ਡਿੱਗੇ ਹੁੰਦੇ ਉਹ ਹੁਣ ਜਾ ਕੇ ਦਿੱਲੀ 'ਚ ਜਾ ਕੇ ਡਟੇ ਹੋਏ ਨੇ ਦਿੱਲੀ ਦੀ ਹਿੱਕ ਤੇ ਬੈਠੇ ਹੋਏ ਨੇ ਹਰਿਆਣੇ ਸਰਕਾਰ ਨੇ ਵੀ ਬਹੁਤ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਰੋਕਣ ਲਈ ਪਰ ਇਹ ਨਹੀਂ ਰੁਕੇ ਇਹ ਗੁਰੂ ਤੇਗ ਬਹਾਦਰ ਦੇ ਵਾਪਸ ਨੇ ਅਤੇ ਇਹ ਡਟੇ ਰਹਿਣਗੇ ਗੁਰੂ ਤੇਗ ਬਹਾਦਰ ਨੇ ਵੀ ਇਹਨਾਂ ਲਈ ਸੀਸ ਦਿੱਤਾ ਸੀ ਅਤੇ ਇਹ ਅੱਜ ਉਹ ਭੁੱਲ ਕੇ ਅਤੇ ਸਾਨੂੰ ਅੱਤਵਾਦੀ ਕਹਿ ਰਹੇ ਨੇ ਕਹਿਣਾ ਚਾਹੋਗੇ ਜਿਹੜਾ ਕਿ ਉੱਥੇ ਲੰਗਰ ਪਤਾ ਰਿਹਾ ਵਾ ਸਾਡੇ ਕਿਸਾਨਾਂ ਵਾਸਤੇ ਜਿਹੜੀ ਸੇਵਾ ਕਰ ਰਿਹਾ ਉਹਨਾਂ ਨੂੰ ਵੀ ਕਦੀ ਆ ਅੱਤਵਾਦੀ ਕਹਿ ਜਾਂਦਾ ਕਦੀ ਕਹਿੰਦਾ ਮਾਓਵਾਦੀ ਆ ਕਦੀ ਕਹਿੰਦਾ ਵੀ ਇਹ ਜਿਹੜੇ ਆ ਖਾਲਿਸਤਾਨ ਦੇ ਕਦੀ ਕਹਿੰਦਾ ਬਾਹਰੋਂ ਪੈਸਾ ਆ ਰਿਹਾ ਕੀ ਕਹਿਣਾ ਚਾਹੋਗੇ ਜੀ ਇਹ ਖਾਲਸਾ ਏਡ ਆਪਣੀ ਜਿਹੜੀ ਹੈ ਸਾਰੇ ਥਾਵਾਂ 'ਤੇ ਜਿੱਥੇ ਵੀ ਕੋਈ ਵੀ ਮੁਸ਼ਕਿਲ ਆਉਂਦੀ ਉੱਥੇ ਪਹੁੰਚਦੀ ਹੈ ਲੰਗਰ ਲੈ ਕੇ ਅਤੇ ਉਦੋਂ ਨਹੀਂ ਇਹਨਾਂ ਨੂੰ ਅੱਤਵਾਦੀ ਲੱਗਦੇ ਅਤੇ ਹੁਣ ਜਦੋਂ ਕਿਸਾਨਾਂ ਦੇ ਸੰਘਰਸ਼ 'ਚ ਡਏ ਨੇ ਅਤੇ ਇਹਨਾਂ ਨੂੰ ਅੱਤਵਾਦੀ ਲੱਗ ਰਹੇ ਨੇ ਧੰਨਵਾਦ ਜੀ ਅਸੀਂ ਗੱਲਬਾਤ ਕੀਤੀ ਨੌਜਵਾਨਾਂ ਨਾਲ ਸਾਡੇ ਨਾਲ ਹੋਰ ਵੀ ਨੌਜਵਾਨ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੋਗੇ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਹਾਂਜੀ ਮੇਰਾ ਨਾਮ ਜੀ ਲਵਪ੍ਰੀਤ ਸਿੰਘ ਬੱਲ ਅਤੇ ਪਿੰਡ ਮੇਰਾ ਬਾਲੇਖੁਰਦ ਅਤੇ ਚੱਕਰ ਇਹ ਹੈ ਸਾਰਿਆਂ ਨੂੰ ਪਤਾ ਵੀ ਜਿਹੜੇ ਤਿੰਨ ਕਾਨੂੰਨ ਨੇ ਇਹ ਰੱਦ ਹੋਣੇ ਚਾਹੀਦੇ ਨੇ ਕਿਉਂਕਿ ਜ਼ਰੂਰੀ ਨੇ ਜੇ ਕਿਸਾਨ ਨਹੀਂ ਰਹੂਗਾ ਤਾਂ ਆਮ ਜਨਤਾ ਵੀ ਨਹੀਂ ਰਹੂਗੀ ਕਿਉਂਕਿ ਤੁਸੀਂ ਆਪ ਹਿਸਾਬ ਲਓ ਲੋਕਡਾਊਨ ਜਦੋਂ ਹੋਇਆ ਸੀ ਕੋਈ ਵੀ ਹੋਰ ਕਿਸੇ ਸਾਈਡ ਨਹੀਂ ਭੱਜਿਆ ਸਭ ਤੋਂ ਪਹਿਲਾਂ ਸਾਰਿਆਂ ਨੇ ਅਨਾਜ ਇਕੱਠਾ ਕੀਤਾ ਸੀ ਅਨਾਜ ਕਿਉਂ ਕੀਤਾ ਸੀ ਕਿੱਥੋਂ ਆਉਂਦਾ ਅਨਾਜ ਕਿਸਾਨ ਪੈਦਾ ਕਰਕੇ ਦਿੰਦਾ ਜੇ ਕੱਲ੍ਹ ਨੂੰ ਕਿਸਾਨ ਹੀ ਨਹੀਂ ਰਹੂਗਾ ਤਾਂ ਅਨਾਜ ਕਿੱਥੋਂ ਆਏਗਾ ਇਹ ਜਿਹੜੇ ਪ੍ਰਾਈਵੇਟ ਕੰਪਨੀਆਂ ਸਾਨੂੰ ਹੜੱਪਣ ਨੂੰ ਫਿਰਦੀਆਂ ਨੇ ਸਾਰੀਆਂ ਇਹ ਕੱਲ੍ਹ ਨੂੰ ਇੱਧਰ ਵੇਖੋ ਨਾ ਇਹ ਸਾਨੂੰ ਬਹੁਤ ਨੁਕਸਾਨ ਹੈ ਇਹ ਕੱਲ੍ਹ ਨੂੰ ਇਹ ਸਾਡੇ ਖੇਤਾਂ ਦੇ ਕਰਜ਼ਾ ਲੈ ਸਕਦੇ ਨੇ ਅਸੀਂ ਨਹੀਂ ਲੈ ਸਕਦੇ ਜਦੋਂ ਮਰਜ਼ੀ ਇਹ ਸਾਡੇ ਨਾਲ ਕੰਟੈਕਟ ਤੋੜ ਸਕਦੇ ਨੇ ਅਸੀਂ ਨਹੀਂ ਇਹਨਾਂ ਤੋੜ ਸਕਦੇ ਇਹਨਾਂ ਨੇ ਸਾਨੂੰ ਇੱਕ ਹਿਸਾਬ ਨਾਲ ਜਿੱਦਾਂ ਕੈਦ ਕਰ ਲੈਣਾ ਜਿੱਦਾਂ ਤੋਤਾ ਕੈਦ ਕਰੀ ਜਾਂ ਪਿੰਜਰੇ 'ਚ ਜਿਵੇਂ ਇਹਨਾਂ ਨੇ ਸਾਨੂੰ ਕੈਦ ਕਰ ਲੈਣਾ ਕੀ ਕਹਿਣਾ ਚਾਹੋਗੇ 26 ਜਨਵਰੀ ਤੋਂ ਬਾਅਦ ਜਿਹੜੇ ਆ ਕਾਫੀ ਜਿਹੜੇ ਨੌਜਵਾਨਾਂ ਦੇ ਜਿਹੜੇ ਆ ਪਰਚੇ ਦੇ ਦਰਜ ਕੀਤੇ ਗਏ ਨੇ ਘਰੋਂ ਚੁੱਕ ਚੁੱਕ ਕੇ ਉਹਨਾਂ ਨੂੰ ਜਿਹੜਾ ਦਿੱਲੀ ਪੁਲਿਸ ਲੈ ਕੇ ਜਾ ਰਹੀ ਆ ਕੀ ਕਹਿਣਾ ਚਾਹੋਗੇ ਪਰਚੇ ਦਾ ਕੋਈ ਚੱਕਰ ਨਹੀਂ ਜੀ ਖਾਸ ਸਾਡੇ ਭਰਾ ਡਟੇ ਨੇ ਉੱਥੇ ਉਹਨਾਂ ਨੂੰ ਕੋਈ ਚੱਕਰ ਨਹੀਂ ਚੱਕੇ ਵੀ ਨੇ ਇਹਨਾਂ ਨੇ ਸਾਡੇ ਭਰਾ ਕੋਈ ਚੱਕਰ ਨਹੀਂ ਇਨਾਮ ਵੀ ਰੱਖੇ ਸੀ ਇਹਨਾਂ ਨੇ ਸਾਡੇ ਉੱਪਰ ਵੀ ਜਿਹੜਾ ਫੜਾਊਗਾ ਉਹਨਾਂ ਨੂੰ ਇਨਾਮ ਦਿੱਤਾ ਜਾਊਗਾ ਤੇ ਉਹਦਾ ਕੀ ਨਾਲੇ ਹੀ ਆ ਪਛਾਣ ਵੀ ਗੁਪਤ ਰੱਖੀ ਜਾਊਗੀ ਪਰ ਕੋਈ ਚੱਕਰ ਨਹੀਂ ਇਹੋ ਜਿਹਾ ਉਹ ਆਪ ਜਾ ਕੇ ਪੇਸ਼ ਹੋ ਗਏ ਨੇ ਹੁਣ ਜੇ ਨਹੀਂ ਕਿਸੇ ਪਾਸੇ ਵੀ ਲੱਗਦੇ ਤੇ
ਸਾਨੂੰ ਤਾਂ ਪਤਾ ਸਾਡੇ ਹੋਏ ਨੇ ਜਿਹੜੀ ਮੋਦੀ ਸਰਕਾਰ ਉਹਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਵੀ ਇੰਨੇ ਕਿਸਾਨ ਮਰ ਚੁੱਕੇ ਨੇ ਤੇ ਅਸੀਂ ਤਾਂ ਕਾਨੂੰਨ ਵਾਪਸ ਕਰਾਉਣ ਤੋਂ ਬਗੈਰ ਆ ਹੀ ਨਹੀਂ ਸਕਦੇ ਵਾਪਸ ਬੜੇ ਲੋਕ ਨੇ ਜਿਹੜੇ ਉੱਥੇ ਹੋਰ ਜਾ ਰਹੇ ਨੇ ਇਹਨਾਂ ਨੇ ਤਾਂ ਇੱਕ ਵਾਰ ਜਿਹੜਾ ਧਰਨਾ ਉਹ ਖੇਡਣ ਦੀ ਪੂਰੀ ਤਿਆਰੀ ਕੀਤੀ ਸੀ ਪਰ ਉਹ ਫਿਰ ਇੱਥੋਂ ਕਿਸਾਨ ਜਾ ਕੇ ਉੱਥੇ ਡਰ ਚੁੱਕੇ ਨੇ ਬਹੁਤ ਉੱਥੇ ਤਾਂ ਕਿਰਪਾ ਵਰਸਦੀ ਆ ਮਾਲਕ ਦੀ ਜਿਹੜੇ ਕਲਾਕਾਰ ਫਿਲਮੀ ਅਦਾਕਾਰ ਪੰਜਾਬ ਦੇ ਕਲਾਕਾਰ ਨੇ ਵੱਡੀ ਤਦਾਦ ਵਿੱਚ ਜਿਹੜੇ ਨੇ ਉਹਨਾਂ ਦਾ ਸਮਰਥਨ ਕਰ ਰਹੇ ਨੇ ਉੱਥੇ ਜਿਹੜੇ ਕਹਿ ਸਕਦੇ ਵੀ ਬਾਹਰ ਦੇ ਜਿਹੜੇ ਬੋਲੀਵੁੱਡ ਦੇ ਸਟਾਰ ਆ ਅਕਸ਼ੇ ਕੁਮਾਰ ਹੋ ਗਿਆ ਸੰਨੀ ਦਿਓਲ ਹੋ ਗਿਆ ਉਹ ਜਿਹੜੇ ਆ ਸਰਦਾਰ ਬਣਦੇ ਹਮੇਸ਼ਾ ਸਰਦਾਰ ਕਿਰਦਾਰ ਕਰਦੇ ਨੇ ਪੰਜਾਬ ਦਾ ਪੁੱਤਰ ਕਿਹਾ ਜਾਂਦਾ ਅੱਜ ਵੀ ਦਿਖਾਈ ਦੇ ਰਿਹਾ ਪੰਜਾਬ ਦਾ ਪੁੱਤਰ ਆਪਾਂ ਉਹਨਾਂ ਨੂੰ ਕਿਹੜੇ ਹਿਸਾਬ ਨਾਲ ਕਹਿ ਸਕਦੇ ਹਾਂ ਹੁਣ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਕਿਸਾਨਾਂ ਦੇ ਨਾਲ ਨਹੀਂ ਖੜ ਸਕਦੇ ਤਾਂ ਕੀ ਅਸੀਂ ਉਹਨਾਂ ਦੀਆਂ ਫਿਲਮਾਂ ਦੇਖਣਾ ਛੱਡੋ ਅਸੀਂ ਤਾਂ ਉਹਨਾਂ ਨੂੰ ਹੁਣ ਜੇ ਫੋਲੋ ਵੀ ਕੋਈ ਕਰਦਾ ਹੋਊਗਾ ਉਹ ਵੀ ਅਨਫੋਲੋ ਕਰਾਂਗੇ ਨਾ ਇੰਸਟਾ ਦੇ ਅਸੀਂ ਉਹਨਾਂ ਦਾ ਟਵੀਟ ਪੜ੍ਹ ਕੇ ਨਹੀਂ ਹੁਣ ਖੁਸ਼ ਜੇ ਉਹ ਕਿਸਾਨਾਂ ਦੇ ਨਾਲ ਨਹੀਂ ਖੜ ਸਕਦੇ ਤਾਂ ਇਹੋ ਜਿਹੇ ਸਟਾਰ ਦਾ ਹੀ ਫਾਇਦਾ ਉਹ ਸਟਾਰ ਨਹੀਂ ਹੋਏਗਾ ਮੋਦੀ ਸਰਕਾਰ ਜਿਹੜੀ ਆ ਹਮੇਸ਼ਾ ਪੰਜਾਬੀਆਂ ਨਾਲ ਵਿਤਕਰਾ ਕਰਦੀ ਹੈ ਪਹਿਲਾਂ ਜੰਮੂ ਕਸ਼ਮੀਰ ਚੋਂ ਪੰਜਾਬੀ ਭਾਸ਼ਾ ਬੰਦ ਕਰ ਦਿੱਤੀ ਗਈ ਸੀ ਹੁਣ ਸਾਡੇ ਤੇ ਕਿਹੜੇ ਕਾਲੇ ਕਾਨੂੰਨ ਜਿਹੜੇ ਤੋਪਦੇ ਨੇ ਇਹ ਤਾਂ ਕੋਈ ਚੱਕਰ ਨਹੀਂ ਇਹ ਤਾਂ ਮਿਟਾਉਣਾ ਚਾਹੁੰਦੇ ਨੇ ਜੋ ਅਸੀਂ ਗਿਣਤੀ ਦੇ ਉਦੋਂ ਨਹੀਂ ਮੁੱਕੇ ਹੁਣ ਮੁਕਾ ਲੈਣਗੇ ਹੁਣ ਤਾਂ ਗਿਣਤੀ ਕੋਈ ਨਹੀਂ ਹੈਗੀ ਸਾਡੀ ਹੁਣ ਨਹੀਂ ਮੁਕਾ ਸਕਦੇ ਜਿੰਨੇ ਮਰਜ਼ੀ ਜ਼ੋਰ ਲਾ ਲਏ ਕੀ ਲੱਗਦਾ ਵੀ ਦਿੱਲੀ ਵਿੱਚ ਜਿਹੜਾ ਕਿ ਮਿੰਨੀ ਪੰਜਾਬ ਬਣ ਗਿਆ ਉੱਥੇ ਮਿੰਨੀ ਪੰਜਾਬ ਤਾਂ ਬਣਿਆ ਪਿਆ ਉੱਥੇ ਉੱਥੇ ਜਾ ਕੇ ਮੇਲਾ ਦੇਖਣ ਵਾਲਾ ਨਜ਼ਾਰੇ ਬਚੇ ਪਏ ਨੇ ਨਜ਼ਾਰੇ ਵੀ ਕਹਿੰਦੇ ਸਾਨੂੰ ਤਾਂ ਸੋਗ ਹੈ ਇੱਕ ਹਿਸਾਬ ਦਾ ਪਰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਹਜੇ ਵੀ ਦਿੱਲੀ ਨਹੀਂ ਪਹੁੰਚੇ ਕਿਸੇ ਵਜ੍ਹਾ ਕਰਕੇ ਨਹੀਂ ਜਾ ਸਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਅਸੀਂ ਤਾਂ ਬੇਨਤੀ ਕਰਦੇ ਹਾਂ ਤੁਸੀਂ ਵੀ ਜਾਓ ਉਹ ਜਿਹੜੇ ਕਿਸਾਨਾਂ ਦਾ ਸਾਥ ਦਿਓ ਅਤੇ ਜੋ ਵੀ ਛੇਤੀ ਛੇਤੀ ਇੱਕ ਕਾਨੂੰਨ ਵਾਪਸ ਲੈਣ ਅਸੀਂ ਤਾਂ ਇਸੇ ਵੀ ਖੁਸ਼ ਹਾਂ ਉੱਥੇ ਜਿਹੜੀ ਫਿਲਮੀ ਅਦਾਕਾਰ ਆ ਕੰਗਣਾ ਵਾ ਉਹ ਵਾਰ ਵਾਰ ਕਰੀ ਕਹਿੰਦੀ ਹੈ ਵੀ ਜਿਹੜੀ ਸਾਡੀਆਂ ਮਾਤਾ ਵਾ ਭੈਣਾਂ ਜਿਹੜੀਆਂ ਪਛਾਦੇ ਬਣਾਉਂਦੀਆਂ ਨੇ ਕਦੀ ਉਹਨਾਂ ਕਿਹਾ ਜਾਂਦਾ ਵੀ 100-100 ਰੁਪਏ ਦਿਹਾੜੀ 'ਤੇ ਲੈ ਕੇ ਆਏ ਆ ਕਦੀ ਅੱਤਵਾਦੀ ਕਹਿੰਦੀ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਉਹ ਤਾਂ ਪਾਗਲ ਆ ਉਸਦਾ ਉਹਨੂੰ ਆਪਾਂ ਕੀ ਕਹਿ ਸਕਦੇ ਹਾਂ ਉਹ ਤਾਂ ਪਹਿਲੇ ਦਿਨ ਤੋਂ ਹੀ ਸੀ ਬੱਬੂ ਮਾਨ ਉਹਦੀ ਗੱਲ ਵੀ ਰਹੀ ਆ ਇਹ ਗੱਲ ਉਹਨੇ ਦੱਸੀ ਸੀ ਮੈਨੂੰ ਨਾਂ ਨਹੀਂ ਚੇਤਾ ਕਿਹੜੇ ਸੀ ਐਕਟਰ ਉਹਨਾਂ ਨੇ ਦੱਸੀ ਸੀ ਵੀ ਬੱਬੂ ਮਾਨ ਦੇ ਨਾਲ ਇੰਨੇ ਅਤੇ ਬੱਬੂ ਮਾਨ ਦਾ ਗਾਣਾ ਵੀ ਸੀ ਤੂੰ ਬੱਬੂ ਨਾਲ ਗੇੜੀਆਂ ਲਾਈਆਂ ਠੀਕ ਹੈ ਅਤੇ ਬਾਕੀ ਕੋਈ ਚੱਕਰ ਨਹੀਂ ਐਸੇ ਕਈ ਆਉਂਦੇ ਨੇ ਰਾਹ ਦੇ ਰੋੜੇ ਬਥੇਰੇ ਆਏ ਸੀ ਰਾਹ ਜਾਂਦਿਆਂ ਵੀ ਚੁੱਕ ਚੁੱਕ ਕੇ ਬੈਰੀਕਾਡ ਮਾਰੇ ਇਹਨਾਂ ਨੇ ਥੱਲੇ ਚੁੱਕ ਚੁੱਕ ਕੇ ਬੈਰੀਕਾਡ ਥੱਲੇ ਸੁੱਟੇ ਬੋਲ ਤੋਂ ਬਥੇਰੇ ਇਹਦੇ ਹੱਥਾਂ ਬੂਟੇ ਸੀ ਤੁਹਾਡੇ ਵੱਲੋਂ ਤੁਸੀਂ ਕਿਹਾ ਗਿਆ ਵੀ ਕਿਸਾਨਾਂ ਦੇ ਸਮਰਥਨ ਵਿੱਚ ਜਿਹੜਾ ਵਾ ਪ੍ਰਦਰਸ਼ਨ ਕਰ ਰਹੇ ਹੋ ਵੀ ਇੱਥੇ ਜਿਹੜਾ ਵੀ ਹਾਰਨ ਵਜਾ ਕੇ ਜਾਵੇ ਕਿਸਾਨਾਂ ਦੇ ਹੱਕ ਵਜਾਏਗਾ ਕਿੰਨੇ ਕੁ ਲੋਕ ਹਾਰਨ ਵਜਾ ਰਹੇ ਨੇ ਸਾਨੂੰ ਤਾਂ ਅਸੀਂ ਸਵੇਰ ਦੇ ਖੜੇ ਨੇ 100-100 ਬੰਦਾ ਹੀ ਮਾਰ ਕੇ ਗਿਆ ਕੋਈ ਵੀ ਐਸਾ ਨਹੀਂ ਹੋਊਗਾ ਜਿਹੜਾ ਕਿਸਾਨਾਂ ਦਾ ਸਾਥ ਨਹੀਂ ਦੇ ਰਿਹਾ ਸਾਰੇ ਕਿਸਾਨਾਂ ਦਾ ਸਾਥ ਦੇ ਰਹੇ ਨੇ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਲਾਸਟ ਵਾਲੇ ਅਸੀਂ ਮੋਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਹਾਲੇ ਤਾਂ ਸਾਰੇ ਕਿਸਾਨ ਸ਼ਾਂਤ ਬਚੇ ਨੇ ਸਹੀ ਆ ਉਹਨਾਂ ਲਈ ਵੀ ਸਹੀ ਆ ਸਾਡੇ ਲਈ ਵੀ ਸਹੀ ਆ ਵੀ ਜਿਹੜੇ ਕਾਲੇ ਕਾਨੂੰਨ ਹੈ ਰੱਦ ਕਰੋ ਖੇਤੀ ਖੇਤੀ ਰੱਦ ਕਰੋ ਤਾਂ ਕਿਸਾਨ ਵੀ ਆਪਣੇ ਘਰ ਆਉਣ ਉਹਨਾਂ ਦਾ ਵੀ ਦਿਲ ਕਰਦਾ ਉਹ ਵੀ ਆਪਣੇ ਘਰ ਛੱਡ ਕੇ ਬੈਠੇ ਨੇ ਉੱਥੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਅਤੇ ਇਸ ਗੱਲਬਾਤ ਕੀਤੀ ਸਾਡੇ ਨਾਲ ਕਿ ਨੌਜਵਾਨ ਜਿਹੜੇ ਨੇ ਵੱਡੀ ਤਾਦਾਦ ਵਿੱਚ ਅੱਜ ਜਿਹੜੇ ਨੇ ਅੰਮ੍ਰਿਤਸਰ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਅਤੇ ਹੱਥਾਂ ਵਿੱਚ ਬੈਨਰ ਫੜ ਕੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਲਗਾ ਰਹੇ ਨੇ ਅਤੇ ਉਹਨੂੰ ਕਹਿ ਰਹੇ ਵੀ ਕਾਲੇ ਕਾਨੂੰਨ ਜਿਹੜੇ ਰੱਦ ਕਰਨੇ ਅਤੇ ਇਸੇ ਤਰ੍ਹਾਂ ਜਿਹੜਾ ਉਹ ਧਰਨੇ ਪ੍ਰਦਰਸ਼ਨ ਚੱਲਦੇ ਰਹਿਣਗੇ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਆਪਣਾ ਸੰਜੀਤ ਗਰੇਵਾਲ